ਬੇਅਦਬੀ ਦਾ ਇਨਸਾਫ ਲੈਣ ਲਈ ਅਤੇ ਬੰਦੀ ਸਿੰਘਾਂ ਦੀ ਰਿਹਾਈਆਂ ਦੀ ਮੰਗਾਂ ਨੂੰ ਲੈ ਕੇ ਅੱਜ ਫਰੀਦਕੋਟ ਤੋਂ ਯੂਨਾਈਟਿਡ ਅਕਾਲੀ ਦਲ ਦੇ ਵੱਲੋਂ ਜਥੇਦਾਰ ਗੁਰਦੀਪ ਸਿੰਘ ਬਠਿੰਡਾ ਦੀ ਅਗਵਾਈ ਦੇ ਵਿੱਚ ਕੇਸਰੀ ਮਾਰਚ ਕੀਤਾ ਗਿਆ। ਮਾਰਚ ਦੇ ਵਿੱਚ ਵਿਸ਼ੇਸ਼ ਤੌਰ ਤੇ ਜਥੇਦਾਰ ਜਸਵਿੰਦਰ ਸਿੰਘ ਘੋੜੀਆ, ਜਥੇਦਾਰ ਨਛੱਤਰ ਸਿੰਘ ਦਬੜੀਖਾਨਾ ਅਤੇ ਡਾਕਟਰ ਰਾਮਜੀਤ ਸਿੰਘ ਜੈਤ ਤੋਂ ਵੱਡੇ ਜਥੇ ਦੇ ਨਾਲ ਸ਼ਾਮਲ ਹੋਏ। ਮਾਰਚ ਦੇ ਮੁੱਖ ਪ੍ਰਬੰਧਕ ਭਾਈ ਮਨਪ੍ਰੀਤ ਸਿੰਘ ਖਾਲਸਾ ਨੇ ਵੱਡੀ ਗਿਣਤੀ ਵਿੱਚ ਨੌਜਵਾਨ ਅਤੇ ਸਿੱਖ ਸੰਗਤਾਂ ਨੂੰ ਮਾਰਚ ਦਾ ਹਿੱਸਾ ਬਣਾਇਆ। ਨੌਜਵਾਨ ਮਾਰਚ ਵਿੱਚ ਮੋਟਰਸਾਈਕਲ ਉੱਤੇ ਕੇਸਰੀ ਝੰਡੇ ਲੈ ਕੇ ਅੱਗੇ ਚੱਲ ਰਹੇ ਸਨ।